सुखबीर बादल ते जो भी उन्हें हुण तक 30 साल उन्होंने इहो जिहे लोग विच वाड़ दित्ते आ असीं उह छांट के बाहर कढ़ने ने। ਇਹ ਵੀ ਕੌਨਸਪੀਰੇਸੀ ਹੈ ਜੀ, ਇਹ ਵੀ ਕੌਨਸਪੀਰੇਸੀ ਹੈ। ਉਦੋਂ ਸਵਾਲ ਪੁੱਛੇ ਜਾਂਦੇ ਸੀਗੇ, ਉਹ ਸਵਾਲ ਪੁੱਛਣ ਨਾ ਕਰਕੇ ਇਹ ਕਿਆ ਰਾਜਨੀਤੀ ਕਰਦੇ ਨੇ, ਇਹ ਚਿਹਰਾ ਬਦਲ ਦਿੰਦੇ ਨੇ, ਪਾਵਰ ਉਹੀ ਹੁੰਦੀ ਪਿੱਛੇ। ਜਿਵੇਂ ਅੱਜ ਉਰੇ ਮੁੱਖ ਮੰਤਰੀ ਪਰ ਭਗਵੰਤ ਸਿੰਘ ਮਾਨ ਜੀ ਹੈ ਅਤੇ ਪਿੱਛੇ ਪਾਵਰ ਰਾਘਵ ਚੱਡਾ ਦੀ ਹੈ। ਸੋ ਆਹੀ ਕੌਨਸਪੀਰੇਸੀ ਕਰਦੇ ਰਹਿੰਦੇ ਨੇ। ਹਰਪ੍ਰੀਤ ਅੱਜ ਵੀ ਜਥੇਦਾਰ ਨੇ, ਹਰਪ੍ਰੀਤ ਜਥੇਦਾਰ ਜੀ ਅੱਜ ਵੀ ਹੈਗੇ ਬੈਠੇ ਨੇ। ਉਹ ਜਿਹੜੇ ਪੱਗਾਂ ਵਾਲੇ ਅੱਜ ਲੋਕ ਉਹਨੂੰ ਚੋਰਾਂ ਵਾਂਗੂ ਦੇਖਦੇ ਨੇ। ਸਿਮਰਨਜੀਤ ਸਿੰਘ ਜੀ, ਮਾਨ ਜੀ ਨੂੰ ਮੈਂ ਇੱਕ ਬੇਨਤੀ ਕਰੂੰਗਾ, ਮੈਨੂੰ ਸਿਰਫ 72 ਘੰਟੇ ਲਈ ਆਪਣੀ ਪਾਵਰ ਦੇ ਦੇਣ। ਉਹਨਾਂ ਦੇ ਏਰੀਏ ਦੇ ਅੰਦਰ ਕਲੀਨਿੰਗ ਕਰ ਦੂੰਗਾ ਸਾਰੀ। ਇਹਨਾਂ ਨੂੰ ਬਾਹਰ ਕਰਨਾ ਹੈ ਅਤੇ ਕੋਈ ਵਧੀਆ ਲੀਡਰ ਅੰਮ੍ਰਿਤਪਾਲ ਨੂੰ ਬਿਠਾ ਦਿਓ ਭਾਵੇਂ, ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਖਾਲਿਸਤਾਨ ਦਾ ਵਿਰੋਧ ਨਹੀਂ ਕਰਦਾ, ਖਾਲਿਸਤਾਨ ਜਾਇਜ਼ ਹੈ। ਮੈਂ ਪਹਿਲਾਂ ਵੀ ਗੱਲ ਕਹੀ ਸੀ, ਮੈਂ ਖੁਦ ਵੋਟ ਕਰੀ ਸੀਗੀ 2020 ਦੇ ਅੰਦਰ ਖਾਲਿਸਤਾਨ ਨੂੰ, ਪਰ ਜਿਹੜੇ ਬਾਹਰ ਦੇ ਲੋਕ ਇੱਥੇ ਮੰਗਾਂ ਮੰਗ ਬਾਹਰ ਰੌਲਾ ਪਾ ਰਹੇ ਨੇ ਉਹ ਜਾਇਜ਼ ਨਹੀਂ ਹੈ। ਬੋਬੀ ਦਿਓਲ, ਸੰਨੀ ਦਿਓਲ, ਧਰਮਿੰਦਰ ਇਹ ਪਰਿਵਾਰ ਨਿਕਲੇਗਾ ਜਿਹਨੇ ਉਹਨਾਂ ਨੂੰ ਬਿੱਗ ਬੋਸ ਨਾਲ ਮਿਲਾਇਆ, ਅੱਗੇ ਇਲੂਮੀਨਾਟੀ ਨਾਲ ਮਿਲਾਇਆ। ਜਿਹੜਾ ਦੀਪ ਸਿੱਧੂ ਨੇ ਝੰਡਾ ਚੜ੍ਹਾਇਆ ਸੀ ਉਹਦੇ ਪਿੱਛੇ ਸੰਨੀ ਦਿਓਲ ਦਾ ਪਰਿਵਾਰ ਬਿਲਕੁਲ ਪੂਰਾ ਪਰਿਵਾਰ 100% ਸੀਗਾ ਜੀ। 2024 ਨਜ਼ਦੀਕ ਹੈ ਅਤੇ ਇਸੇ ਦੇ ਨਾਲ ਚੋਣਾਂ ਦਾ, ਇਲੈਕਸ਼ਨਸ ਦਾ ਔਰ ਪਾਰਟੀਜ਼ ਦਾ ਨਵੀਨੀਕਰਨ ਸਾਹਮਣੇ ਆਉਣ ਲੱਗਿਆ ਔਰ ਇਸੇ ਨਵੀਨੀਕਰਨ ਦਾ ਹਿੱਸਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਹੋਰ ਜਮਾਤ ਵਿੱਚ ਕੀ ਵੰਡਣ ਜਾ ਰਿਹਾ ਜਾਂ ਵੰਡੇਗਾ, ਆਉਣ ਵਾਲਾ ਸਮਾਂ ਕੀ ਹੋਵੇਗਾ, ਇਹ ਸਾਰਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਜਾਣਦੇ ਹਾਂ ਕਿ ਆਖਿਰਕਾਰ ਸ਼੍ਰੋਮਣੀ ਆਜ਼ਾਦ ਅਕਾਲੀ ਦਲ ਕੀ ਸ਼ੈ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੁਣਿਆ, ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਸ਼੍ਰੋਮਣੀ ਅਕਾਲੀ ਦਲ ਢੀਂਡਸਾ ਹੈ, ਪਰ ਸ਼੍ਰੋਮਣੀ ਆਜ਼ਾਦ ਅਕਾਲੀ ਦਲ ਇਹ ਕਿਹੜੀ ਨਵੀਂ ਸ਼ੈ ਆ ਗਈ, ਇਹ ਕਿਉਂ ਸ਼ੁਰੂ ਕੀਤਾ ਜਾ ਰਿਹਾ ਔਰ ਇਹ ਕਿਸ ਚੀਜ਼ ਦਾ ਨਾਂ ਹੈ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਖਾਲਸਾ ਜੀ ਮੌਜੂਦ ਹੈ। ਖਾਲਸਾ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਸਵਾਗਤ ਹੈ, ਜਲੰਧਰ ਦੇ ਵਿੱਚ ਆਏ ਹੋ, ਆਪਣਾ ਨਾਮ, ਆਪਣੇ ਬਾਰੇ ਦੱਸਿਓ ਔਰ ਸ਼੍ਰੋਮਣੀ ਆਜ਼ਾਦ ਅਕਾਲੀ ਦਲ ਬਾਰੇ ਦੱਸੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਜ ਜਿਹਨੂੰ ਆਪਾਂ ਬਾਦਲਾਂ ਦੇ ਨਾਂ 'ਤੇ ਜਾਣਦੇ ਹਾਂ, ਇਹ ਉਹੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਅਸੀਂ ਆਜ਼ਾਦ ਅਕਾਲੀ ਦਲ ਬਣਾਉਣ ਜਾ ਰਹੇ ਹਾਂ। ਆਜ਼ਾਦ ਦਾ ਮਤਲਬ ਹੈ ਅਸੀਂ ਇਹਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਿੰਨੇ ਵੀ ਕਰਪਟਡ ਇਹਦੇ ਅੰਦਰ ਆਏ ਨੇ ਲੀਡਰਸ, ਅਸੀਂ ਉਹਨਾਂ ਤੋਂ ਆਜ਼ਾਦ ਕਰਾ ਕੇ ਇਹਨੂੰ ਪੰਥ ਦੇ ਹਵਾਲੇ ਕਰਨ ਜਾ ਰਹੇ ਹਾਂ। ਉਸ ਲਈ ਅਸੀਂ ਵੋਟਿੰਗ ਸਟਾਰਟ ਕਰਾਉਣ ਜਾ ਰਹੇ ਹਾਂ ਜੀ, ਜੋ ਨਵੇਂ ਸਾਲ ਤੱਕ 1 ਜਨਵਰੀ ਤੱਕ ਵੋਟਿੰਗ ਹੋਏਗੀ ਅਤੇ 5 ਜਨਵਰੀ ਉੱਧਰ ਆਪਾਂ ਰਿਜ਼ਲਟ ਫਿਰ ਇਸੀ ਜਗ੍ਹਾ 'ਤੇ ਜਾਂ ਕੋਈ ਇੰਟਰਨੈਸ਼ਨਲ ਕਾਨਫਰੰਸ ਕਰਾਂਗੇ ਉਹਦੇ 'ਚ ਜ਼ਰੂਰ ਰੱਖਾਂਗੇ ਜੀ। ਅੱਛਾ, ਪੋਲੀਟੀਕਲ ਲੈਵਲ 'ਤੇ ਸਵਾਲ ਜਵਾਬ ਤੋਂ ਪਹਿਲਾਂ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ, ਤੁਹਾਡਾ ਬਾਣਾ ਬੜਾ ਯੂਨੀਕ ਹੈ, ਮੈਂ ਬਹੁਤ ਬਾਣੇ ਅੱਜ ਤੱਕ ਦੇਖੇ, ਬਹੁਤ ਇੰਟਰਵਿਊਜ਼ ਹੋਈਆਂ ਨੇ, ਪਰ ਤੁਹਾਡਾ ਬਾਣਾ ਬਹੁਤ ਯੂਨੀਕ, ਆਪਣੇ ਬਾਣੇ ਬਾਰੇ ਦੱਸਿਓ, ਕਿਉਂਕਿ ਬਹੁਤ ਅਟਰੈਕਟਿਵ ਬਾਣਾ ਆ, ਕਿਸੇ ਨੇ ਵੀ ਸ਼ਾਇਦ ਅੱਜ ਤੱਕ ਨਹੀਂ ਦੇਖਿਆ ਹੋਣਾ। ਬਿਲਕੁਲ ਜੀ, ਇਹ ਬਾਣਾ ਇਸ ਬਾਰੇ ਮੈਂ ਜਦੋਂ 2015 ਤੋਂ ਮੈਂ ਇਸ ਬਾਣੇ ਨੂੰ ਸੋਚਦਾ ਆ ਰਿਹਾ ਹਾਂ, ਬੜੀ ਖੋਜ ਵਿਚਾਰ ਕਰਕੇ ਬੜਾ ਮੈਂ ਸੋਚਿਆ ਹੋਇਆ ਸੀਗਾ ਕਿ ਮੈਂ ਧਰਮ ਯੁੱਧ ਮੋਰਚੇ ਵਿੱਚ ਇਹ ਬਾਣਾ ਪਾ ਕੇ ਮੈਂ ਨਿਕਲਾਂਗਾ। ਮੈਂ ਇਹ ਵੀ ਨਹੀਂ ਸੋਚਿਆ ਸੀਗਾ ਮੈਨੂੰ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਅਪਗ੍ਰੇਡ ਕਰਨਾ ਪੈਣਾ, ਮੈਨੂੰ ਵੀ ਨਹੀਂ ਇਸ ਬਾਰੇ, ਮੇਰਾ ਰਾਜਨੀਤੀ 'ਚ ਬਿਲਕੁਲ ਵੀ ਧਿਆਨ ਨਹੀਂ ਸੀਗਾ। ਹਾਂ, ਬਟ ਰਾਜਨੀਤਿਕ ਪੜ੍ਹਦੇ ਪੜ੍ਹਦੇ ਦੇਖਦੇ ਦੇਖਦੇ ਹੁਣ ਰਾਜਨੀਤਿਕ ਹੀ ਬਣ ਚੁੱਕੇ ਨੇ ਅਸੀਂ, ਹਰ ਬੰਦਾ ਇੱਕ ਬੱਚੇ ਬੱਚਾ ਰਾਜਨੀਤਿਕ ਬਣ ਚੁੱਕਿਆ। ਹੁਣ ਦੇਖੋ, ਫੋਰ ਇਗਜ਼ਾਮਪਲ, ਹੁਣ ਜਦੋਂ ਕਿਸਾਨੀ ਧਰਨਾ ਲੱਗਿਆ ਸੀ, ਹੁਣ ਜਿਹੜੇ ਬੱਚੇ ਮੇਰੇ ਕੋਲ ਤੀਰ ਅੰਦਾਜ਼ੀ ਸਿੱਖਦੇ ਸੀ, ਮੇਰੇ ਕੋਲ ਗੱਤਕਾ ਸਿੱਖਦੇ ਸੀ, ਹੋਰਾਂ ਟੀਚਰਾਂ ਕੋਲ ਗੱਤਕਾ ਸਿੱਖਦੇ ਸੀਗੇ, ਉਹਨਾਂ ਤੋਂ ਗੱਤਕੇ ਛੁਡਵਾ ਕੇ ਉਹਨਾਂ ਨੂੰ ਝੰਡੇ ਫੜਾ ਦਿੱਤੇ, ਕਹਿੰਦੇ ਜੈਕਾਰੇ ਲਾਓ, ਮੁਰਦਾਬਾਦ ਜਿੰਦਾਬਾਦ ਕਰੋ। ਹੁਣ ਦੱਸੋ ਉਹਨਾਂ ਦਾ ਫਿਊਚਰ ਕਿਆ ਹੈ? ਸੋ ਉਹ ਚੀਜ਼ ਨੂੰ ਬੜਾ ਮੇਰਾ ਦੁੱਖ ਹੋਇਆ ਅਤੇ ਦੁਬਾਰਾ ਸਾਡੀ ਨਸਲਕੁਸ਼ੀ ਨਾ ਹੋਵੇ, ਦੁਬਾਰਾ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਨਾ ਸਿਖਾਈ ਜਾਵੇ, ਫਿਰ ਇਸ ਕਰਕੇ ਸਾਨੂੰ ਸ਼੍ਰੋਮਣੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਵੱਲੋਂ ਆਜ਼ਾਦ ਕਰਾਉਣਾ ਪੈਣਾ, ਤਾਂ ਫਿਰ ਸ਼੍ਰੋਮਣੀ ਆਜ਼ਾਦ ਅਕਾਲੀ ਦਲ ਇਹ ਸੰਗਤ ਦੁਆਰਾ ਹੀ ਬਣਾਇਆ ਜਾਏਗਾ ਜੀ। ਬਣ ਵੀ ਚੁੱਕਿਆ ਆ, ਬਾਕੀ ਹੁਣ ਵੋਟਿੰਗ ਹੋਣੀ ਬਾਕੀ ਹੈ ਜੀ। ਉਹੀ ਬਾਣੇ ਵਾਲੇ ਪੁੱਛਣਾ ਚਾਹੁੰਦਾ, ਸ਼ੁਰੂ ਤੋਂ ਨਾ ਜਦੋਂ ਵੀ ਆਪਾਂ ਨਿਹੰਗ ਸਿੰਘ ਦੇਖਦੇ ਨਾ, ਉਹਨਾਂ ਦਾ ਇੱਕ ਬਾਣਾ ਵੱਖਰਾ ਹੁੰਦਾ, ਉਹਨਾਂ ਦੇ ਕੋਲ ਕਿਰਪਾਨ ਜ਼ਰੂਰ ਹੁੰਦੀ ਹੈ, ਪਰ ਤੁਹਾਡੇ ਕੋਲ ਤੀਰ ਕਮਾਨ ਨੇ, ਤੁਸੀਂ ਆਪਣੇ ਐਲਬੋ ਪੈਡਸ ਪਾਏ ਹੋਏ, ਆਪਣੇ ਸ਼ੋਲਡਰ ਪੈਡਸ ਪਾਏ ਹੋਏ, ਫੋਰ ਆਰਮ ਪੈਡਸ ਪਾਏ ਹੋਏ ਨੇ, ਇਸ ਬਾਣੇ ਦੇ ਪਿੱਛੇ ਕੀ ਔਰ ਤੀਰ ਕਮਾਨ ਕਿੱਦਾਂ ਆਇਆ ਦਿਮਾਗ ਦੇ ਵਿੱਚ, ਤੀਰ ਕਮਾਨ ਰੱਖਿਆ ਜਾਵੇ? ਤੀਰ ਕਮਾਨ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੈ ਜੀ, ਇਸ ਕਰਕੇ ਇਹ ਮੇਰਾ ਫੇਵਰੇਟ ਵੈਪਨ ਹੈ ਜੀ। ਦੂਸਰਾ ਵੈਪਨ ਮੇਰਾ ਨੌਨ ਚੱਕ ਹੈ ਜੀ, ਮਾਰਸ਼ਲ ਆਰਟ ਦਾ, ਉਹ ਮੈਂ ਹਮੇਸ਼ਾ ਕੋਲ ਰੱਖਦਾ ਹਾਂ। ਇਹਦੀ ਮੈਂ ਖੋਜ ਕੀਤੀ ਸੀ ਤੀਰ ਕਮਾਨ ਦੀ ਜੀ, 2027 ਵਿੱਚ ਜਿਹੜੀ ਫੋਰਥ ਵਰਲਡ ਵਾਰ, ਇਸ ਟਾਈਮ ਥਰਡ ਵਰਲਡ ਵਾਰ ਲੱਗੀ ਹੋਈ ਹੈ, ਡਿਜੀਟਲ ਵਾਰ ਚੱਲ ਰਹੀ ਹੈ ਇਸ ਟਾਈਮ, ਹੁਣ ਫੋਰਥ ਵਰਲਡ ਵਾਰ ਲੱਗਣੀ 2027 'ਚ, 2023, 2024, 2025, 2026 ਤੱਕ
युद्ध चलना आ, तो ऐसे ऐसे जीवाणु हमले होने ने, ऐसे ऐसे हुण देख लो अज दा मौसम किहा जिहा चल रहा, हुण अक्तूबर दे अंदर गर्मी है, एसी लगाने पड़ रहे ने, एसी चल रहे ने लोगों के घरां च। हुण उस तरीके नाल चाइना ने एक ऐसा एक्सपैरिमेंट करना है जिवें सूरज बना चुके हो, ऐसा एक खुश्क हवा ऐसी चलाई जाएगी जिहदे नाल जिहड़े ये गोलियां हुंदियां ने बारूद हुंदा इन्हां दी वैलिडिटी हुंदी साल डेढ़ साल, एक खुश्क जगह पर मतलब कि होर दूसरी जगह पर रखांगे पानी वाली जगह पर तो खराब हो जाते हैं। तो हुण 2024 तो लेके 2025-26 तक तो बिजली के कट ही रहने ने। तो जिहड़ी ये AI आर्टिफिशियल एजेंसी तैयार की गई है, हुण कई पुलिस मुलाजम मेरे तो थोड़ा जहा कहिंदे ने भी मैनूं सानूं ही सीधा ही बोलदा, पर उहदा इक कानून तरीके मैं गल करदा। हुण देखो अज आर्मी की 3 साल की रह गई है जॉब, आने वाले टाइम 1.5 साल की रह जाएगी, फिर उस तो बाद जिहड़ा AI एलोन मस्क द्वारा जो ए आर्टिफिशियल इंटैलीजेंट तैयार किए गए ना रोबोट, फिर उन्होंने जिहड़ी नॉर्मल हवलदार है, अगर आप इंडियन आर्मी के अंदर सिख रेजीमेंट के अंदर एक हवलदार की सैलरी देखते 50-60 हज़ार हुंदी है नॉर्मली, तो उहदा साल का पैंदा एक हवलदार 1.5 करोड़ रुपए का सारा खर्चा का मिला के 1.5-2 करोड़ का पै जाता है, तो जिहड़ा AI का रोबोट है वह 15 लाख का पै रहा है, तो कितनी बचत हो रही सरकार को, सरकार को क्या लोड़ है सिख रेजीमेंट में या किसी होर रेजीमेंट में रखने की। सो ये जो वर्ल्ड वार होनी है 2027 के AI तो कंप्यूटर की वर्ल्ड वार चलेगी आम आर्मी के नाल, उदो सारा बरूद खत्म हो जाएगा जी, फिर दोबारा बन नहीं सकता क्योंकि बिजली नहीं होएगी, क्योंकि ये भविष्यवाणी है मंगल प्रकाश लिखा हुआ है, सारी भविष्यवाणी लिखी हुई है, सूरदास जी ने की हुई है, भगत रविदास जी ने की हुई है, नास्त्रदमस ने की हुई है, बाबा बैंगा ने की हुई है, सारे ने यह भविष्यवाणी की हुई है कि इस समय के अंदर बिजली खत्म हो जानी है, 12-12 को दीवा जलना है, फिर जो फैक्ट्रिया में लाइट ही नहीं होनी, कोई सिस्टम ही नहीं चलना, फिर तुम गोला बरूद नहीं बना सकते, फिर लोगों ने यही तीर कमान चकने ने, यही चकने ने, इस करके मैं इन पहले अपने हैंड ओवर कर लिता है। ਤੁਹਾਡੇ ਬਾਣੇ 'ਚ ਜਿਵੇਂ ਤੁਹਾਡੇ ਆਹ ਸਾਰੇ ਐਲਬੋ ਪੈਡਸ ਅਤੇ ਸ਼ੋਲਡਰ ਪੈਡਸ ਹੈਗੇ ਨੇ, ਇਹਨਾਂ ਦੇ ਨਾਲ ਤੁਹਾਨੂੰ ਬੈਠਣ ਨੂੰ ਵੀ ਮੈਨੂੰ ਲੱਗਦਾ ਥੋੜ੍ਹਾ ਜਿਹਾ ਮਤਲਬ ਅਨਰੈਸਟ ਹੈਗੇ ਹੋ ਤੁਸੀਂ, ਅਤੇ ਕੀ ਇਹ ਪਾ ਕੇ ਤੁਸੀਂ ਆਰਾਮ ਨਾਲ ਜੇ ਕਿਤੇ ਇਹੋ ਜਿਹਾ ਰੱਬ ਨਾ ਕਰੇ ਮੌਕਾ ਆ ਜਾਵੇ ਤੁਸੀਂ ਲੜ ਸਕੋਗੇ? ਇਹ ਦੇਖੋ ਇਹਦਾ ਗੱਲ ਇਹਦਾ ਮੈਂ ਦੱਸਾਂ ਤੁਹਾਨੂੰ, ਇਹ ਐਲਬੋ ਦੇ ਉੱਤੇ ਮੈਂ ਕਿਉਂ ਪੁਆਏ ਸੀਗੇ, ਜਦੋਂ ਦੀਪ ਸੁਧੂ ਦੀ ਸਟੇਜ 'ਤੇ ਮੈਂ ਪਹਿਲੀ ਵਾਰ ਗਿਆ ਸੀ, ਦੀਪ ਸੁਧੂ ਬਹੁਤ ਅੱਛਾ ਇਨਸਾਨ ਸੀਗਾ, ਬਸ ਸਾਡੀ ਤਕਰਾਰ ਰਹੀ ਆ ਥੋੜ੍ਹੀ ਬਹੁਤ, ਉਹਦੇ ਉਹ ਉੱਥੇ ਤਕਰਾਰ ਹੋਈ ਸੀ ਮੇਰੇ, ਜਦੋਂ ਸਾਰਿਆਂ ਨੂੰ ਲੈ ਕੇ ਉੱਥੇ ਚਲੇ ਗਿਆ ਸੀ ਕਿਲੇ ਦੇ ਉੱਤੇ। ਉਸ ਤੋਂ ਪਹਿਲਾਂ ਉਹਨੇ ਮੇਰੀ ਇਸ ਬਾਣੀ ਦੀ ਬਹੁਤ ਤਾਰੀਫ ਕੀਤੀ ਹੈ, ਬਹੁਤ ਜ਼ਿਆਦਾ ਵਧੀਆ ਕੀਤਾ, ਬਹੁਤ ਜ਼ਿਆਦਾ ਅੱਛਾ ਇਨਸਾਨ ਵੀ ਸੀਗਾ, ਉਹ ਮੇਰੀ ਪਰਸਨਲ ਵੀ ਉਹਦੇ ਨਾਲ ਫੋਟੋਆਂ ਮੈਂ ਤੁਹਾਨੂੰ ਕਦੇ ਦਿਖਾਵਾਂਗਾ, ਹਾਈਲਾਈਟ ਕਰਾਂਗੇ। ਅਤੇ ਇਹ ਜਿਹੜਾ ਬਾਣਾ ਹੈ ਨਾ, ਇਹ ਐਲਬੋ ਹੈ, ਇਹਦੇ ਇਹ ਮੈਂ ਗਾਰਡ ਉਦੋਂ ਬਣਾਏ ਸੀ ਜਦੋਂ ਮੈਨੂੰ ਪਤਾ ਲੱਗਿਆ ਸੀ ਦਿੱਲੀ ਦੇ ਵਿੱਚ ਲੋਕ ਪੱਥਰ ਮਾਰਦੇ ਨੇ, ਜਿਹੜੇ ਕਿਸਾਨੀ ਅੰਦੋਲਨ ਵਿੱਚ ਜਾਂਦੇ ਨੇ ਨਾ, ਉਹਨਾਂ 'ਤੇ ਪੱਥਰਬਾਜ਼ੀ ਹੁੰਦੀ ਸੀ ਨਾ, ਅਤੇ ਉਹਦੀ ਸੇਫਟੀ ਲਈ ਫਿਰ ਮੈਂ ਇਹ ਕਵਾ 'ਚ ਬਣਵਾਇਆ ਸੀਗਾ ਕਿ ਜੇ ਬਣਾਵਾਂਗਾ ਤਾਂ ਆਪਣੀ ਸੇਫਟੀ ਤਾਂ ਹੋਣੀ ਚਾਹੀਦੀ ਹੈ ਨਾ, ਹੁਣ ਜਨਾਨੀਆਂ ਵਾਂਗੂ ਪੱਥਰ ਮਾਰ ਰਹੇ ਨੇ, ਉਹ ਕਿਆ ਪਤਾ ਕਿੱਥੋਂ ਪੱਥਰ ਮਾਰ ਦੇਣਗੇ। ਸੋ ਇਸ ਕਰਕੇ ਵੀ ਆਪਣੀ ਸੇਫਟੀ ਲਈ ਕੀਤਾ ਆ, ਕੰਫਰਟੇਬਲ ਇਹਦੇ 'ਚ ਮੈਨੂੰ ਜਿੰਨੀ ਕੰਫਰਟੇਬਲਨੈਸ ਮੈਨੂੰ ਇਹਦੇ ਅੰਦਰ ਫੀਲ ਹੁੰਦੀ, ਇੰਨੇ ਵੀ ਨੋਰਮਲ ਨਹੀਂ ਹੁੰਦੇ, ਨੋਰਮਲ ਮੈਨੂੰ ਇੱਦਾਂ ਲੱਗਦਾ ਜਿਵੇਂ ਕਿ ਮੈਂ ਆਮ ਇਨਸਾਨ ਹਾਂ, ਜਦੋਂ ਮੈਂ ਇਹਨੂੰ ਪਾ ਲੈਂਦਾ ਮੈਨੂੰ ਆਪਣੇ ਅੰਦਰ ਸੁਪਰਮੈਨ ਵਾਲੀ ਪਾਵਰ ਲੱਗਦੀ ਹੈ ਕਿ ਮੈਂ ਕੁਝ ਵੀ ਕਰ ਸਕਦਾ ਹਾਂ। ਹਾਂਜੀ, ਚਲੋ ਆਪਾਂ ਹੁਣ ਸਿਆਸਤ 'ਤੇ ਆਉਂਦੇ ਹਾਂ, ਕਿਉਂਕਿ ਤੁਹਾਡਾ ਜਿਹੜਾ ਮੇਨ ਏਜੰਡਾ ਅੱਜ ਦਾ ਸੀਗਾ ਉਹ ਸਿਆਸਤ ਸੀਗਾ, ਪੰਥ ਨੂੰ ਅਤੇ ਸਿਆਸਤ ਨੂੰ ਕਿਸ ਤਰ੍ਹਾਂ ਰਿਲੇਟ ਕਰੂਗਾ ਸ਼੍ਰੋਮਣੀ ਆਜ਼ਾਦ ਅਕਾਲੀ ਦਲ, ਔਰ ਕੀ ਸੋਚ ਕੇ ਚੱਲੇ ਹੋਏ ਹੋ, ਔਰ ਸ਼੍ਰੋਮਣੀ ਅਕਾਲੀ ਦਲ ਤੋਂ ਕਿੱਦਾਂ ਵੱਖਰਾ ਹੋਵੇਗਾ ਪਹਿਲਾਂ ਤਾਂ ਇਹ ਦੱਸਿਓ। ਦੇਖੋ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਵੱਖਰਾ ਨਹੀਂ ਹੈ, ਵੱਖਰਾ ਸਿਰਫ ਇਹਦੇ 'ਚ ਇਹੀ ਹੋਏਗਾ ਕਿ ਅਸੀਂ ਸੁਖਬੀਰ ਬਾਦਲ ਅਤੇ ਜੋ ਵੀ ਉਹਨੇ ਹੁਣ ਤੱਕ 30 ਸਾਲਾਂ 'ਚ ਉਹਨਾਂ ਨੇ ਇਹੋ ਜਿਹੇ ਲੋਕ ਵਿੱਚ ਵਾੜ ਦਿੱਤੇ ਆ, ਅਸੀਂ ਉਹ ਛਾਂਟ ਕੇ ਬਾਹਰ ਕੱਢਣੇ ਨੇ, ਵਿੱਚ ਬੜੇ ਕਰਪਟਡ ਲੋਕ ਵੀ ਨੇ, ਵਿੱਚ ਗੁੰਡੇ ਲੋਕ ਵੀ ਨੇ ਜਿਹੜੇ ਬੰਦੇ ਨੂੰ ਖਤਮ ਵੀ ਕਰ ਸਕਦੇ ਨੇ, ਇਹੋ ਜਿਹੇ ਲੋਕ ਬੈਠੇ ਨੇ ਮੇਰੇ 'ਤੇ ਵੀ ਨੁਕਸਾਨ ਕਰ ਸਕਦੇ ਨੇ, ਪਹਿਲਾਂ ਉਹ ਸੰਗਤ ਦੇ ਤਰੀਕੇ ਨਾਲ ਅਸੀਂ ਉਹ ਵਾਸ਼ ਆਊਟ ਕਰਨੇ ਨੇ ਜੀ। ਸਾਡਾ ਇਹ ਪਹਿਲਾ ਕੰਮ ਇਹੀ ਹੈ ਕਿ ਜੀ ਅਸੀਂ ਉਹਨਾਂ ਤੋਂ ਆਜ਼ਾਦ ਕਰਾਉਣਾ, ਆਜ਼ਾਦ ਕਿਵੇਂ ਹੋਏਗਾ, ਆਜ਼ਾਦ ਸੰਗਤ ਕਰੇਗੀ, ਸੰਗਤ ਦੀ ਵੋਟਿੰਗ ਕਰੇਗੀ, ਸੰਗਤ ਵੋਟ ਕਰੇਗੀ ਹਾਂ ਜੀ ਆਜ਼ਾਦ ਹੋਣਾ ਚਾਹੀਦਾ ਤਾਂ ਆਜ਼ਾਦ ਹੋਏਗਾ। ਭਾਈ ਸਾਹਿਬ, ਸੰਗਤ ਤਾਂ ਅਜੇ ਵੀ ਜਾਣਦੀ ਹੈ ਕਿ ਜੋ ਕੁਝ ਵੀ ਪਿਛਲੇ ਸਾਲਾਂ ਦੇ ਵਿੱਚ ਹੋਇਆ ਉਹ ਕਿਹਨੇ ਕੀਤਾ, ਕਿਹਦੇ 'ਤੇ ਇਲਜ਼ਾਮ ਨੇ, ਕੌਣ ਦੋਖੀ ਹੈ ਜਾਂ ਕਿਹਨੂੰ ਦੋਖੀ ਮੰਨਿਆ ਜਾ ਰਿਹਾ। ਜੇ ਇੰਨਾ ਕੁਝ ਪਤਾ ਹੁੰਦਿਆਂ ਹੋਇਆ ਵੀ ਉਹਨਾਂ ਨੂੰ ਅਜੇ ਤੱਕ ਨਹੀਂ ਪਾਵਰ 'ਚੋਂ ਹਟਾਇਆ ਗਿਆ, ਅਜੇ ਵੀ ਪ੍ਰਧਾਨ ਉਹੀ ਨੇ, ਅਜੇ ਵੀ ਜਿਹੜੀ ਸਿਆਸਤ ਹੈਗੀ ਹੈ ਮੇਨ ਪੰਜਾਬ ਦੀ ਕਿਤੇ ਨਾ ਕਿਤੇ ਉਹਨਾਂ ਦੇ ਕੋਲ ਮੋਨੋਪਲੀ ਆ ਜਾਂਦੀ ਹੈ, ਤਾਂ ਤੁਹਾਨੂੰ ਲੱਗਦਾ ਕਿ ਤੁਹਾਡੀ ਇੱਕ ਪਾਰਟੀ ਦੇ ਨਾਲ ਸੰਗਤ ਉਹਨਾਂ ਨੂੰ ਚੱਕ ਕੇ ਬਾਹਰ ਮਾਰੇਗੀ? ਬਿਲਕੁਲ ਜੀ, ਕਿਉਂਕਿ ਹੋਰ ਰਸਤਾ ਹੀ ਨਹੀਂ ਹੈ ਕੋਈ। ਹੁਣ ਦੇਖੋ, ਅਗਰ ਆਪਾਂ ਹੁਣ ਨਾ ਜਾਗੇ ਤਾਂ ਥੋੜ੍ਹੇ ਦਿਨਾਂ 'ਚ ਰਾਸ਼ਟਰਪਤੀ ਸ਼ਾਸਨ ਲੱਗ ਗਿਆ, ਫਿਰ ਕੀ ਕਰਾਂਗੇ ਜੀ?
ਜਿਹੜਾ ਇਸ ਵਾਰ ਰਾਸ਼ਟਰਪਤੀ ਸ਼ਾਸਨ ਅਗਰ ਲੱਗ ਗਿਆ ਤਾਂ ਇਹ ਕਈ ਸਾਲਾਂ ਤੱਕ ਨਹੀਂ ਖੁੱਲ੍ਹ ਸਕਦਾ। ਰਾਸ਼ਟਰਪਤੀ ਸ਼ਾਸਨ ਜਿਹੜਾ ਹੈਗਾ ਆ ਨਾ, ਉਹ ਕਰੋਨਾ ਤੋਂ 100 ਗੁਣਾ ਜ਼ਿਆਦਾ ਖਤਰਨਾਕ ਹੈ। ਉਹਦੇ 'ਚ ਫਰੀ ਆਰਮੀ ਨੂੰ ਫਰੀਡਮ ਦਿੱਤੀ ਵੀ ਹੁੰਦੀ ਹੈ, ਉਹ ਕਿਸੇ ਦੇ ਘਰ ਜਾ ਕੇ ਲੁੱਟ ਖੋਹ ਕਰ ਸਕਦਾ, ਕਿਸੇ ਦੇ ਔਰਤ ਨਾਲ ਕੁਛ ਵੀ ਕਰ ਸਕਦਾ ਹੈ ਉੱਥੇ ਕੋਈ, ਕਿਉਂਕਿ ਉਹ ਕਿਹੜਾ ਸਾਡੇ ਪੰਜਾਬ ਦੇ ਲੋਕ ਹੋਣਗੇ, ਉਹਦਾ ਅਸਾਮ ਦੇ, ਮਹਾਰਾਸ਼ਟਰ ਦੇ, ਉੱਧਰ ਦੇ ਮਦਰਾਸ ਦੇ ਲੋਕ, ਬੰਗਾਲ ਰੈਜੀਮੈਂਟ, ਇੱਦਾਂ ਦੇ ਲੋਕ ਵਿੱਚ ਸਾਡੇ ਉਰੇ ਵਾੜ ਦਿੱਤੇ ਜਾਣਗੇ, ਅਤੇ ਉੱਥੇ ਕੀ ਕੀਤਾ ਜਾਏਗਾ ਫਿਰ ਤੁਸੀਂ ਆਪ ਦੱਸੋ। ਅਤੇ ਹੁਣ ਇਹੀ ਸਮਾਂ ਹੈ, ਹੁਣ ਸੰਗਤ ਦੇ ਹੱਥ ਵਿੱਚ ਹੈ। ਸੰਗਤ ਨੇ ਅਗਰ ਪੰਜਾਬ ਨੂੰ ਬਚਾਉਣਾ ਹੈ ਤਾਂ ਆਪਣੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਆਜ਼ਾਦ ਅਕਾਲੀ ਦਲ, ਉਸੇ ਦੇ ਜ਼ਰੀਏ ਹੀ ਆਪਾਂ ਪੰਜਾਬ ਦੇ ਅੰਦਰ ਸਿਸਟਮ ਨੂੰ ਸਾਰਾ ਦੁਬਾਰਾ ਖੜਾ ਕਰ ਸਕਦੇ ਹਾਂ ਜੀ। ਤੁਸੀਂ ਸ਼੍ਰੋਮਣੀ ਆਜ਼ਾਦ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਪਏ ਹੋ, ਤੁਹਾਨੂੰ ਕਿਹੜੇ ਇਹੋ ਜਿਹੇ ਨੁਕਤੇ ਲੱਗਦੇ ਨੇ ਜਿਨ੍ਹਾਂ 'ਤੇ ਤੁਸੀਂ ਸਟੈਂਡ ਕਰੋਗੇ ਜਿਹੜੇ ਹੁਣ ਤੱਕ ਨਹੀਂ ਚੁੱਕੇ ਗਏ, ਔਰ ਕਿਹੜੇ ਇਹੋ ਜਿਹੇ ਪੰਥ ਦੇ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਤੁਸੀਂ ਟੈਕਲ ਕਰੋਗੇ? ਸਭ ਤੋਂ ਪਹਿਲਾਂ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ, ਅਤੇ ਕੋਈ ਬੇਅਦਬੀ ਕਰ, ਬਾਈਬਲ ਬਰਗਾੜੀ ਕਾਂਡ ਵੀ ਆਉਂਦਾ, ਬਿਲਕੁਲ ਸਾਰੇ ਨੇ ਜੀ। ਹੁਣ ਦੇਖੋ ਕੋਈ ਉਹਦੇ 'ਤੇ ਮੁੱਦਾ ਨਹੀਂ ਕੋਈ ਚੱਕਿਆ ਜਾ ਰਿਹਾ, ਸਗੋਂ ਉਹਨਾਂ ਨੂੰ ਜਿਹੜੇ ਬੇਅਦਬੀ ਕਰਦੇ ਨੇ, ਪੁਲਿਸ ਪੰਜ ਪੰਜ ਪੁਲਿਸ ਵਾਲੇ ਆਉਂਦੇ ਨੇ ਉਹਨੂੰ, ਜਿੱਦਾਂ ਆਪਣੇ ਜਵਾਈ ਨੂੰ ਲੈ ਕੇ ਜਾਂਦੇ ਆ, ਸੰਭਾਲ ਕੇ ਲੈ ਕੇ ਜਾਂਦੇ ਨੇ ਉਹਨੂੰ, ਠੀਕ ਹੈ ਨਾ। ਸੋ ਉਹ ਗੱਲ ਗਲਤ ਹੈ। ਸੋ ਜਿਹੜਾ ਮੈਂ ਇਹ ਨਹੀਂ ਗੱਲ ਕਹਿੰਦਾ ਇਕੱਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਜੋ ਕੋਈ ਬੇਅਦਬੀ ਕਰਦਾ ਹੈ ਉਹਦੀ ਮਨਸ਼ਾ ਇੰਨੀ ਖਤਰਨਾਕ ਹੈ ਤਾਂ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਤੁਹਾਡੇ ਹਿਸਾਬ ਨਾਲ ਆਖਿਰਕਾਰ ਕੌਣ ਹੈਗਾ ਆ ਦੋਸ਼ੀ, ਜਿੰਨੇ, ਮੈਂ ਦੋਸ਼ੀ ਨਹੀਂ ਕਹੂੰਗਾ, ਕੌਣ ਇਸ ਪੂਰੀ ਕੌਨਸਪਰੇਸੀ ਦੇ ਪਿੱਛੇ ਹੈ? ਬਾਈਬਲ ਕਲਾਂ ਗੋਲੀ ਕਾਂਡ ਹੁੰਦਾ ਆ, ਬਰਗਾੜੀ ਕਾਂਡ ਹੁੰਦਾ ਆ, ਉਸ ਤੋਂ ਬਾਅਦ ਭਾਵੇਂ ਸੌਦਾ ਸਾਧ ਦਾ ਸਾਰਾ ਐਪੀਸੋਡ ਰਹਿੰਦਾ, ਕੌਣ ਇੱਕ ਸ਼ਖਸ ਕਿਹਨੂੰ ਮੰਨਦੇ ਹੋ ਕੋਈ ਇਹਦੇ ਪਿੱਛੇ ਹੈਗਾ? ਦੇਖੋ ਸਾਰਾ ਕੁਝ ਤਾਂ ਸੈਂਟਰ ਗਵਰਨਮੈਂਟ ਹੀ ਕਰਦੀ ਹੁੰਦੀ ਹੈ ਜੀ, ਕਿਉਂਕਿ ਸੈਂਟਰ ਗਵਰਨਮੈਂਟ ਜਿਹੜੀ ਹੈ ਇਹ ਲੋਕ ਜਿਹੜੇ ਹੁੰਦੇ ਨੇ ਆਹ ਛੋਟੇ ਮੋਟੇ ਇੱਕ ਲਾਲਚ ਵਿੱਚ ਵੱਸ ਕੇ ਆਪਣੀ ਕੁਰਸੀ ਦੇ ਪਿੱਛੇ ਲੱਗ ਕੇ ਉਹਨਾਂ ਗੱਲ ਕੰਪਰੋਮਾਈਜ਼ ਕਰ ਲੈਂਦੇ ਨੇ ਅਤੇ ਖੁਦ ਹੀ ਸਾਰੇ ਸਿਸਟਮ ਨੂੰ ਤਿਆਰ ਕਰਦੇ ਆ ਜੀ। ਸੋ ਸਭ ਨੂੰ, ਸੰਗਤ ਨੂੰ ਪਤਾ ਹੀ ਹੈ ਕੌਣ ਹੈ, ਸਭ ਦੇ ਸਾਹਮਣੇ ਨਾਮ ਆ ਹੀ ਚੁੱਕੇ ਆ, ਮੇਰੇ ਕਹਿਣ ਨਾਲ ਕੁਛ ਨਹੀਂ ਹੋਣ ਵਾਲਾ, ਸੰਗਤ ਨੂੰ ਸਭ ਨੂੰ ਪਤਾ ਹੀ ਹੈ ਜੀ। ਅੱਛਾ, ਇਸ ਵੇਲੇ ਮੈਨੇਜਮੈਂਟ ਦੀ ਵੀ ਬੜੀ ਪ੍ਰੋਬਲਮ ਚੱਲਦੀ ਪਈ ਆ ਸ਼੍ਰੋਮਣੀ ਅਕਾਲੀ ਦਲ ਉੱਤੇ, ਔਰ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਬਹੁਤ ਵੱਡੇ ਐਲੀਗੇਸ਼ਨਸ ਲੱਗ ਰਹੇ ਆ, ਔਰ ਹਾਲ ਹੀ ਦੇ ਵਿੱਚ ਇੱਕ ਪੱਤਰਕਾਰ ਪ੍ਰੀਤ ਸਿੰਘ ਸੈਣੀ ਨੇ ਬਹੁਤ ਵੱਡੇ ਐਲੀਗੇਸ਼ਨਸ ਲਾਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ, ਔਰ ਅੰਦਰ ਖਾਤੇ ਬਹੁਤ ਕੁਛ ਚੱਲਣ ਦੀਆਂ ਗੱਲਾਂ ਵੀ ਹੋਈਆਂ ਨੇ। ਤੁਹਾਨੂੰ ਕੀ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਤਰ੍ਹਾਂ ਕੰਮ ਕਰ ਰਹੀ ਹੈ, ਤੁਸੀਂ ਹਮਾਇਤ ਵਿੱਚ ਹੋ ਜਾਂ ਨਹੀਂ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਕੰਮ ਕਰ ਰਹੇ ਨਾ, ਮੈਂ ਤਾਂ ਅੱਜ ਤੱਕ ਜਥੇਦਾਰ ਜਿਹੜੇ ਹੈਗੇ ਨੇ ਹਰਪ੍ਰੀਤ ਸਿੰਘ ਜੀ ਦੀ, ਉਹਨਾਂ ਦੀ ਇੱਕ ਗੱਲ ਇਹ ਮੈਨੂੰ ਅੱਜ ਤੱਕ ਸਹੀ ਲੱਗੀ ਹੈ, ਜਿਹੜੀ ਉਹਨਾਂ ਨੇ ਕਿਹਾ ਕਿ ਹਾਂ ਜੀ ਜਿੰਨਾ ਵੀ ਮੀਡੀਆ ਆਇਆ ਸਾਰਾ ਝੂਠ ਫੈਲਾਉਂਦਾ। ਉਹਨਾਂ ਨੇ ਇੱਕ ਪਿੱਛੇ ਜਦੋਂ ਅੰਮ੍ਰਿਤਪਾਲ ਨੂੰ ਗ੍ਰਿਫਤਾਰੀ ਨਹੀਂ ਦੇ ਰਿਹਾ ਸੀਗਾ, ਉਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ, ਮੈਨੂੰ ਪੂਰੀ ਜ਼ਿੰਦਗੀ 'ਚ ਉਹਨਾਂ ਦੀ ਆਹ ਗੱਲ ਸੱਚੀ ਲੱਗੀ ਹੈ ਵੀ ਆਹ ਗੱਲ ਸਹੀ ਬੋਲੀ ਉਹਨਾਂ ਨੇ। ਨਹੀਂ, ਉਹਨਾਂ ਨੇ ਹਾਰਮੋਨੀਅਮ ਬਾਰੇ ਬੋਲਿਆ, ਹੁਣ ਦੱਸੋ ਹਾਰਮੋਨੀਅਮ ਨਹੀਂ ਵਜਾਉਣਾ ਦਰਬਾਰ ਸਾਹਿਬ ਦੇ ਅੰਦਰ, ਕਿਹੋ ਜਿਹਾ ਬਿਆਨ ਹੈ? ਤੁਸੀਂ ਦੱਸੋ ਬੰਦੇ ਦੀ ਸੋਚ ਕਿਹੋ ਜਿਹੀ ਹੋਊਗੀ? ਪਰ ਉਹ ਜਥੇਦਾਰ ਨੇ, ਮੌਜੂਦਾ ਜਥੇਦਾਰ ਹੈ, ਸੰਗਤ ਉੱਥੇ ਜਾਂਦੀ ਹੈ ਤਾਂ ਹਰਪ੍ਰੀਤ ਸਿੰਘ ਜੀ ਆਓ, ਉਹ ਇੱਕ ਇਹ ਵੀ ਕੌਨਸਪਰੇਸੀ ਹੈ ਜੀ, ਇਹ ਵੀ ਕੌਨਸਪਰੇਸੀ ਹੈ। ਉਦੋਂ ਸਵਾਲ ਪੁੱਛੇ ਜਾਂਦੇ ਸੀਗੇ, ਉਹ ਸਵਾਲ ਪੁੱਛਣ ਨਾ ਕਰਕੇ ਇਹ ਕਿਆ ਰਾਜਨੀਤੀ ਕਰਦੇ ਨੇ, ਇਹ ਚਿਹਰਾ ਬਦਲ ਦਿੰਦੇ ਨੇ, ਪਾਵਰ ਉਹੀ ਹੁੰਦੀ ਪਿੱਛੇ। ਜਿਵੇਂ ਅੱਜ ਉਰੇ ਮੁੱਖ ਮੰਤਰੀ ਪਰ ਭਗਵੰਤ ਸਿੰਘ ਮਾਨ ਜੀ ਹੈ ਅਤੇ ਪਿੱਛੇ ਪਾਵਰ ਰਾਘਵ ਚੱਡਾ ਦੀ ਹੈ। ਸੋ ਆਹੀ ਕੌਨਸਪਰੇਸੀ ਕਰਦੇ ਰਹਿੰਦੇ ਨੇ। ਹਰਪ੍ਰੀਤ ਅੱਜ ਵੀ ਜਥੇਦਾਰ ਨੇ, ਹਰਪ੍ਰੀਤ ਜਥੇਦਾਰ ਜੀ ਅੱਜ ਵੀ ਹੈਗੇ ਬੈਠੇ ਨੇ ਉਹ। ਹਾਂਜੀ ਬਿਲਕੁਲ। ਚਲੋ, ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਆਪਾਂ ਵਾਪਸ ਆਉਂਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ, ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਪਾਰਟੀ ਇੰਨੀ ਦੇਰ ਤੱਕ ਸੱਤਾਧਾਰੀ ਰਹੀ ਹੈ, ਇੰਨੀ ਦੇਰ ਤੱਕ ਉਹਨੇ ਸੱਤਾ ਸਾਂਭਿਆ, ਇੰਨੀ ਪਾਵਰਫੁੱਲ ਪਾਰਟੀ ਮੰਨੀ ਜਾਂਦੀ ਹੈ, ਕਿ ਸ਼੍ਰੋਮਣੀ ਆਜ਼ਾਦ ਅਕਾਲੀ ਦਲ ਉਹਨੂੰ ਢਾਹ ਲਾ ਸਕੂ? ਦੇਖੋ ਜੀ, ਇਹਦੇ ਵਿੱਚ ਗੱਲ ਇੱਦਾਂ ਆ ਜਾਂਦੀ ਹੈ, ਇੱਥੇ ਹੁਣ ਸੱਚ ਅਤੇ ਝੂਠ ਦਾ ਫੈਸਲਾ ਹੋਣਾ ਹੈ ਜੀ। ਸੱਚ ਸਭਨਾ ਕਾ ਖਸਮ ਹੈ, ਆਪਾਂ ਤਾਂ ਸੱਚਾਈ ਦੇ ਤਰੀਕੇ ਨਾਲ ਕੰਮ ਕਰਨਾ ਹੈ ਜੀ। ਹੁਣ ਸੰਗਤ ਦੇ ਉੱਪਰ ਆ ਸਾਰੀ ਗੱਲਬਾਤ, ਸੰਗਤ ਫੈਸਲਾ ਕਰੇਗੀ, ਮੈਂ ਨਹੀਂ ਕਰ ਸਕਦਾ ਫੈਸਲਾ, ਨਾ ਸੁਖਵੀਰ ਬਾਦਲ ਕਰ ਸਕਦਾ। ਇਹ ਤਾਂ ਸੰਗਤ ਨੇ ਫੈਸਲਾ ਕਰਨਾ, ਕਿਆ ਸੁਖਵੀਰ ਬਾਦਲ ਸੱਤਾ 'ਚ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਚਾਹੀਦਾ, ਕਿ ਨਵਾਂ ਚਿਹਰਾ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ। ਮੈਂ ਨਹੀਂ ਆਉਣਾ ਚਾਹੁੰਦਾ, ਮੇਰੀ ਕੋਈ ਤਮੰਨਾ ਨਹੀਂ ਆਉਣ ਦੀ, ਮੈਂ ਤਾਂ ਇੱਕ ਸਿਸਟਮ ਸਟਾਰਟ ਕਰਨ ਜਾ ਰਿਹਾ ਵਾਂ ਕਿ ਸੰਗਤ ਦੇ ਕੰਨਾਂ ਵਿੱਚ ਇਹ ਗੱਲ ਜਾਵੇ ਅਤੇ ਸੰਗਤ ਇਸ ਗੱਲ 'ਤੇ ਗੌਰ ਕਰੇ ਅਤੇ ਪੰਜਾਬ ਬਚ ਜਾਏਗਾ। ਨਹੀਂ, ਪੰਜਾਬ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਅਤੇ ਜਿਹੜੇ ਪੱਗਾਂ ਵਾਲੇ ਅੱਜ ਲੋਕ ਉਹਨੂੰ ਚੋਰਾਂ ਵਾਂਗੂ ਦੇਖਦੇ ਨੇ। ਨਾਗ ਸਿੰਘਾਂ ਦਾ ਬਾਣਾ ਮੈਂ ਪਾਇਆ ਹੋਇਆ, ਲੋਕ ਇਹ ਨਾਗ ਸਿੰਘਾਂ ਦੇ ਬਾਣੇ ਤੋਂ ਬੜਾ ਘਬਰਾਹਟ ਕਰ ਰਹੇ ਨੇ, ਬੜੀ ਹੋਰ ਤਰੀਕੇ ਨਾਲ ਦੇਖਦੇ, ਨਜ਼ਰੀਆ ਬਦਲ ਚੁੱਕਿਆ ਲੋਕਾਂ ਦਾ। ਕਿਉਂ? ਕਿਉਂਕਿ ਉਹ ਨਕਲੀ ਸਿੱਖਾਂ ਨੇ ਆ ਕੇ ਅਸਲੀ ਦਾ ਵੀ ਸਿਸਟਮ ਖਰਾਬ ਕਰ ਦਿੱਤਾ ਹੈ ਜੀ। ਅੱਛਾ, ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਵਾਸਤੇ ਬੜੀਆਂ ਪਾਰਟੀਆਂ ਅਖਤਿਆਰ ਕਰ ਲਈਆਂ ਗਈਆਂ, ਹੋਂਦ ਵਿੱਚ ਆ ਗਈਆਂ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਵੱਖਰੀਆਂ ਜਮਾਤਾਂ ਹੋਣ, ਉਹ ਵੱਖਰੀਆਂ ਤਾਂ ਹੀ ਹੋਈਆਂ ਕਿਉਂਕਿ ਉਹਨਾਂ ਨੂੰ ਪ੍ਰਧਾਨਗੀ ਮਨਜ਼ੂਰ ਨਹੀਂ ਸੀ। ਦੂਜੇ ਪਾਸੇ ਬੀਬੀ ਜ਼ਗੀਰ ਕੌਰ ਨੇ, ਉਹਨਾਂ ਨੇ ਆਪਣੀ ਇੱਕ ਵੱਖਰੇ ਜਥੇਬੰਦੀ ਸ਼ੁਰੂ ਕਰ ਲਈ ਹੋਈ,
ਆਪਾਂ ਗੱਲ ਹੀ ਕਰ ਰਹੇ ਸੀ ਕਿ ਤੁਹਾਡੀਆਂ ਗੱਲਾਂ ਸਿਮਰਨਜੀਤ ਸਿੰਘ ਮਾਨ ਨਾਲ ਬਹੁਤ ਮਿਲਦੀਆਂ ਨੇ, ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰੀ ਘੱਟੋ ਘੱਟ ਇਹਨਾਂ ਨਾਲ ਜਾ ਕੇ ਮੁਲਾਕਾਤ ਹੁੰਦੀ, ਇਹਨਾਂ ਨਾਲ ਵਿਚਾਰ ਵਟਾਂਦਰੇ ਹੁੰਦੇ, ਉਸ ਤੋਂ ਬਾਅਦ ਕੋਈ ਨਿਰਮਾਣ ਹੁੰਦਾ? ਦੇਖੋ ਮੈਂ ਇੱਕ ਹੀ ਗੱਲ ਕਹਾਂਗਾ ਕਿ ਹਰ ਇੱਕ ਇਨਸਾਨ ਦੇ ਨਾ ਕੁਛ ਗੱਲਾਂ ਤੋਂ ਉਹਦਾ ਜੀਵਨ ਪਤਾ ਲੱਗ ਜਾਂਦਾ। ਤੋ ਤੁਹਾਨੂੰ ਮੈਂ ਇੱਕ ਸਵਾਲ ਪੁੱਛਦਾ, ਤੁਸੀਂ ਸਿਮਰਨਜੀਤ ਸਿੰਘ ਮਾਨ ਜੀ ਨੇ ਅੱਜ ਤੱਕ ਕੋਈ ਵੀ ਇੱਕ ਮੁੱਦਾ ਦੱਸੋ ਜਿਹੜਾ ਕਲੀਅਰ ਕੀਤਾ ਹੋਵੇ, ਕੋਈ ਇੱਕ ਦੱਸ ਦਿਉ, ਕੋਈ ਇੱਕ ਹੈ ਆਪਣੇ ਕੋਲ ਮੁੱਦਾ ਜਿਹੜਾ ਉਹਨਾਂ ਨੇ ਬਿਲਕੁਲ ਕਲੀਅਰ ਕੀਤਾ ਹੋਵੇ? ਸਿਮਰਨਜੀਤ ਸਿੰਘ ਜੀ ਮਾਨ ਜੀ ਨੂੰ ਮੈਂ ਇੱਕ ਬੇਨਤੀ ਕਰੂੰਗਾ, ਮੈਨੂੰ ਸਿਰਫ 72 ਘੰਟੇ ਲਈ ਆਪਣੀ ਪਾਵਰ ਦੇ ਦੇਣ, ਉਹਨਾਂ ਦੇ ਏਰੀਏ ਦੇ ਅੰਦਰ ਕਲੀਨਿੰਗ ਕਰ ਦੂੰਗਾ ਸਾਰੀ। ਕੋਈ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲਏਗਾ, ਕੋਈ ਇੱਕ ਧੀ ਭੈਣ ਦੀ ਇੱਜ਼ਤ ਵੱਲ ਨਹੀਂ ਕੋਈ ਦੇਖੇਗਾ, ਅਤੇ ਕੋਈ ਉੱਥੇ ਚਿੱਟਾ ਨਹੀਂ ਹੋਊਗਾ। ਉਹਨਾਂ ਦੇ ਏਰੀਆ ਜਿੱਥੇ ਦੇ ਉਹ ਹੈਗੇ ਨੇ, ਉਹ ਏਰੀਆ ਮੈਨੂੰ ਦਿੱਤਾ ਜਾਵੇ, ਸਿਰਫ 72 ਘੰਟੇ ਬਾਅਦ ਦੇਖ ਲੈਣ, ਵਰਤ ਕੇ ਦੇਖ ਲੈਣ। ਜੇ ਮੈਂ 72 ਘੰਟੇ 'ਚ ਕ੍ਰਾਈਮ ਲੈਸ ਕਰ ਦਿੰਦਾ ਵਾਂ, ਫਿਰ ਅੱਗੇ ਸੁਖਬੀਰ ਬਾਦਲ ਨੂੰ ਸੰਗਤ ਕਰੇਗੀ। ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਬੜੀ ਬੇਦਾਗ ਸੂਰਤ ਮੰਨਿਆ ਜਾਂਦਾ, ਕਿ ਉਹਨਾਂ ਨਾਲ ਵੀ ਕਦੀ ਵਿਚਾਰ ਵਟਾਂਦਰਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ ਦੇਖੋ, ਹੁੰਦੇ ਵੀ ਚੰਡੀਗੜ੍ਹ ਗੱਲ ਇੱਦਾਂ ਹੈ ਜੀ, ਆਪਾਂ ਨੇ ਜਿਹੜਾ ਮੇਨ ਮੁੱਦਾ ਸਾਡਾ ਇਹੀ ਹੈ ਕਿ ਸਾਡੀ ਜਿਹੜੀ ਪੰਥਕ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ ਸਾਡੀ ਜਿਹੜੀ ਪੰਥਕ ਪਾਰਟੀ ਹੈ ਨਾ, ਜਿਹੜੀ ਜਿਹਦੇ ਵਿੱਚ ਕੋਈ ਐਸੀ ਪਾਰਟੀ ਨਾ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਹੈ, ਨਾ ਆਮ ਆਦਮੀ ਪਾਰਟੀ ਹੈ, ਨਾ BJP ਹੈ, ਨਾ ਆਪਣਾ ਇਹ BSP ਹੈ। ਕੋਈ ਐਸੀ ਪਾਰਟੀ ਦਿਖਾਓ ਜਿਹਦੇ ਵਿੱਚ ਕੋਈ ਕੁਰਬਾਨੀ ਹੋਈ ਵੀ ਹੋਵੇ, ਕੋਈ ਸ਼ਹੀਦ ਹੋਇਆ ਵਾ ਹੋਵੇ, ਕੋਈ ਹੈ ਐਸਾ? ਪਰ ਇੱਕ ਅਕਾਲੀ ਦਲ ਹੀ ਐਸੀ ਪਾਰਟੀ ਜਿਹਦੇ 'ਚ 5000 ਤੋਂ ਵੱਧ ਸ਼ਹੀਦੀਆਂ ਹੋਈਆਂ ਨੇ ਜੀ। ਸੋ ਇਸ ਕਰਕੇ ਵੀ ਉਹ ਸ਼ਹੀਦੀਆਂ ਨਜਾਇਜ਼, ਇੱਕ ਬਾਦਲ ਦਾ ਚਿਹਰਾ ਦੇਖ ਕੇ ਆਪਾਂ ਉਹ ਸ਼ਹੀਦੀਆਂ ਨੂੰ ਇਗਨੋਰ ਨਹੀਂ ਕਰ ਸਕਦੇ, ਆਪਾਂ ਉਹ ਸ਼ਹੀਦੀਆਂ ਦੀ ਕਦਰ ਪਾ ਕੇ ਇਹਨਾਂ ਨੂੰ ਬਾਹਰ ਕਰਨਾ ਹੈ। ਅਤੇ ਕੋਈ ਵਧੀਆ ਲੀਡਰ ਅੰਮ੍ਰਿਤਪਾਲ ਨੂੰ ਬਿਠਾ ਦਿਉ ਭਾਵੇਂ, ਸਾਨੂੰ ਕੋਈ ਦਿੱਕਤ ਨਹੀਂ ਹੈਗੀ, ਪਰ ਉਹ ਉਹਨਾਂ ਨੂੰ ਬਾਹਰ ਕਰਨਾ ਚਾਹੀਦਾ। ਅੰਮ੍ਰਿਤਪਾਲ ਨੂੰ ਸਿਆਸਤ ਵਿੱਚ ਲਿਆਉਣ ਲਈ ਤੁਸੀਂ ਪ੍ਰੇਰਿਤ ਕਰ ਸਕਦੇ ਹੋ? ਅਗਰ ਦੇਖੋ ਉਹ ਆਉਣਾ ਚਾਹੁੰਦਾ ਤਾਂ ਆ ਜਾਵੇ, ਸਾਨੂੰ ਤਾਂ ਪੰਜਾਬ ਦਾ ਭਲਾ ਚਾਹੀਦਾ ਜੀ। ਜੋ ਜਵਾਨੀ ਖਤਮ ਹੋ ਰਹੀ ਹੈ ਉਹ ਸਹੀ ਹੋਣੀ ਚਾਹੀਦੀ ਹੈ, ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਉਹ ਸਹੀ ਹੋ ਰਹੀਆਂ। ਅਗਰ ਮੈਂ ਜ਼ਿੰਮੇਵਾਰੀ ਚੱਕ ਰਿਹਾ ਕਿ ਮੈਂ ਕਰਨ ਨੂੰ ਤਿਆਰ ਹਾਂ, ਅਤੇ ਉਹਦੇ ਬਦਲੇ ਮੈਨੂੰ ਦੇਖੋ ਰਿਸਕ ਮੇਰਾ ਕਿੱਡਾ ਹੈ ਜੀ, ਮੇਰੇ ਕੋਲ ਕੋਈ ਜੈਡ ਪਰ ਸਕਿਉਰਿਟੀ ਨਹੀਂ ਹੈਗੀ। ਅੰਮ੍ਰਿਤਪਾਲ ਦੇ ਨਾਲ ਤਾਂ 10 ਬੰਦੇ ਤੁਰੇ ਵੀ ਕਰਦੇ ਸੀਗੇ 12 ਬੋਰ ਦੀ ਬੰਦੂਕਾਂ ਲੈ ਕੇ, ਮੇਰੇ ਨਾਲ ਤਾਂ ਮੇਰਾ ਤੀਰ ਘਵਾਉਣ ਹੈ ਸਿਰਫ, ਇਹਦੇ 'ਤੇ ਮੈਨੂੰ ਭਰੋਸਾ ਹੈ, ਅਤੇ ਮੇਰੇ ਨਾਲ ਪਿੱਛੇ ਪਰਮਾਤਮਾ ਖੜਿਆ ਹੈ ਜੀ। ਸੋ ਇਸ ਕਰਕੇ ਇਹ ਦੇਖੋ ਨਾ, ਇੱਥੇ ਜਿੰਨਾ ਅੰਮ੍ਰਿਤਪਾਲ ਦੇ ਕੋਲ ਸਪੋਰਟ ਸੀਗੀ, ਉਹਦੇ ਵਿੱਚੋਂ 50% ਵੀ ਸਪੋਰਟ ਮੇਰੇ ਕੋਲ ਹੁੰਦੀ ਤਾਂ ਮੈਂ ਪੂਰਾ ਪੰਜਾਬ ਨੂੰ ਸਿਸਟਮ ਦੇ 'ਚ ਲਿਆ ਦਿੰਦਾ। ਅੱਛਾ, ਤੁਸੀਂ ਅੰਮ੍ਰਿਤਪਾਲ ਵਾਲੇ ਬਾਰੇ ਗੱਲ ਕਰ ਰਹੇ ਹੋ, ਮੈਂ ਆਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਹਾ ਕਿ ਤੁਸੀਂ ਦੀਪ ਸਿੱਧੂ ਤੋਂ ਇਸ ਕਰਕੇ ਖਫਾ ਸੀ ਕਿਉਂਕਿ ਲਾਲ ਕਿਲੇ ਦੇ ਉੱਤੇ ਝੰਡੇ ਚੜਾਉਣ ਵਾਲੀ ਇੰਸੀਡੈਂਟ ਹੋਇਆ ਸੀਗਾ, ਔਰ ਦੂਜੇ ਪਾਸੇ ਤੁਸੀਂ ਅੰਮ੍ਰਿਤਪਾਲ ਦਾ ਵੀ ਸਪੋਰਟ ਕਰਦੇ ਹੋ, ਤੁਸੀਂ ਦੂਜੇ ਪਾਸੇ ਉਸ ਵਿਚਾਰਧਾਰਾ ਦਾ ਵੀ ਸਪੋਰਟ ਕਰਦੇ ਹੋ, ਫਿਰ ਕਿਸ ਤਰ੍ਹਾਂ ਤਾਲਮੇਲ ਖਾਂਦਾ ਪਿਆ? ਗੱਲ ਇੱਦਾਂ ਜੀ, ਦੇਖੋ ਮੈਂ ਸਿਰਫ ਅਗਰ ਵਿਰੋਧ ਕਰਦਾ ਵਾਂ ਤਾਂ ਮੈਂ ਖਾਲਿਸਤਾਨ ਦੇ ਜਿਹੜੇ ਖਾਲਿਸਤਾਨ ਦਾ ਵਿਰੋਧ ਨਹੀਂ ਕਰਦਾ, ਖਾਲਿਸਤਾਨ ਜਾਇਜ਼ ਹੈ। ਮੈਂ ਪਹਿਲਾਂ ਵੀ ਗੱਲ ਕਹੀ ਸੀ, ਮੈਂ ਖੁਦ ਵੋਟ ਕਰੀ ਸੀਗੀ 2020 ਦੇ ਅੰਦਰ ਖਾਲਿਸਤਾਨ ਨੂੰ, ਜੋ ਔਨਲਾਈਨ ਵੋਟਾਂ ਹੋਈਆਂ ਸੀ, ਮੇਰੇ ਖੁਦ ਵੋਟ ਪਈ ਹੋਈ ਹੈ। ਮੈਂ ਖਾਲਿਸਤਾਨ ਦੇ ਵਿਰੋਧ ਵਿੱਚ ਨਹੀਂ ਹੈ, ਨਾ ਮੈਂ ਖਾਲਿਸਤਾਨ ਨੂੰ ਨਜਾਇਜ਼ ਕਹਿੰਦਾ ਹਾਂ, ਖਾਲਿਸਤਾਨ ਜਾਇਜ਼ ਹੈ। ਪਰ ਜਿਹੜੇ ਬਾਹਰ ਦੇ ਲੋਕ ਇੱਥੇ ਬਾਹਰ ਰੌਲਾ ਪਾ ਰਹੇ ਨੇ ਉਹ ਜਾਇਜ਼ ਨਹੀਂ ਹੈ, ਉਹ ਨਜਾਇਜ਼ ਨੇ, ਉਹ ਜਾਇਜ਼ ਨਹੀਂ ਹੈ। ਅੰਮ੍ਰਿਤਪਾਲ ਨੇ ਅਗਰ ਖਾਲਿਸਤਾਨ ਦੀ ਮੰਗ ਕਰੀ, ਪੰਜਾਬ 'ਚ ਰਹਿ ਕੇ ਕਰੀ ਹੈ, ਉਹਨੇ ਕਿਹੜਾ ਅਮਰੀਕਾ 'ਚ ਜਾ ਕੇ ਰੌਲਾ ਪਾਇਆ? ਸੋ ਇਸ ਕਰਕੇ ਵੀ ਗੱਲ ਇਹ ਹੈ ਕਿ ਅੰਮ੍ਰਿਤਪਾਲ ਦੇ ਨਾਲ ਮੈਂ ਇਸ ਗੱਲ ਤੋਂ ਖਫਾ ਸੀਗਾ। ਉਹ ਗੱਲ ਇਹ ਸੀ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਰਾਬਰ ਫੋਟੋ ਲਗਾਉਣੀ ਬੜੀ ਵੱਡੀ ਗੱਲ ਹੁੰਦੀ ਹੈ, ਉਹ 100 ਪਾਠ ਜਪਜੀ ਸਾਹਿਬ ਦੇ ਕਰਦੇ ਸੀਗੇ। ਉਹਨੇ ਅੰਮ੍ਰਿਤਪਾਲ ਦੀ ਮੈਂ ਇੱਕ ਵੀਡੀਓ ਦੇਖੀ ਹੈ, ਜਦ ਤੱਕ ਉਹ ਅਰੈਸਟ ਨਹੀਂ ਹੋਇਆ ਉਦੋਂ ਤੱਕ ਉਹ ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ, ਬਸ ਉਹ ਵੀ ਪੂਰਾ ਨਹੀਂ ਹੋਇਆ। ਉਹ ਤੋਂ ਪਹਿਲੀ ਵਾਰ ਉਹ ਪਹਿਲੇ ਪੇਜ 'ਤੇ ਸੀਗਾ, ਪੌੜੀ 4th-5th ਪੌੜੀ 'ਤੇ ਸੀਗਾ, 4th ਵੀਡੀਓ 'ਚ ਉਹ 13th ਪੌੜੀ 'ਤੇ ਸੀਗਾ, ਅਤੇ 3rd ਵੀਡੀਓ ਜਦੋਂ ਅਰੈਸਟ ਕਰਨ ਤੋਂ ਪਹਿਲਾਂ ਸੀਗੀ ਉਹਦੇ 'ਚੋਂ 25th ਪੌੜੀ 'ਤੇ, ਉਹ ਤਾਂ ਪੂਰਾ ਜਜਬੀ ਸਾਹਿਬ ਨਹੀਂ ਕਰਿਆ ਉਹਨੇ, ਅਤੇ 100 ਪਾਠ ਕਿੱਥੇ ਹੋ ਜੂਗਾ? ਅਤੇ ਕਿਸੇ ਕੋਈ ਉਹਨੇ ਕਥਾ ਨਹੀਂ ਕਰੀ, ਗੁਰੂ ਗ੍ਰੰਥ ਸਾਹਿਬ ਦੀ ਕਥਾ ਨਹੀਂ ਕਰੀ, ਉਹਨੇ ਦਸ਼ਮ ਗ੍ਰੰਥ ਦੀ ਕਥਾ ਨਹੀਂ ਕਰੀ, ਅਤੇ ਆਪਾਂ ਕਿੱਦਾਂ ਉਹਦੇ ਪਿੱਛੇ ਪੂਰਾ ਯੂਥ ਲੱਗ, ਮੈਂ ਕਿਵੇਂ ਲੱਗ ਸਕਦਾ ਉਹਦੇ ਪਿੱਛੇ? ਪਰ ਇੱਦਾਂ ਤਾਂ ਦੀਪ ਸਿੱਧੂ ਵੀ ਕੋਈ ਐਡਾ ਧਾਰਮਿਕ ਇਨਸਾਨ ਤਾਂ ਨਹੀਂ ਸੀ, ਫਿਰ ਉਹਦੇ ਨਾਲ ਕਿਉਂ ਇੰਨੀ ਨੇੜਤਾ ਤੁਸੀਂ ਦਸ਼ਮ? ਦੀਪ ਸਿੱਧੂ ਧਾਰਮਿਕ ਨਹੀਂ ਸੀ, ਪਰ ਅੰਦਰੋਂ ਧਾਰਮਿਕ ਸੀਗੀ ਉਹ, ਉਹਦੇ ਅੰਦਰੋਂ ਮਹਿਕ ਆਉਂਦੀ ਸੀਗੀ, ਧਰਮ ਦੀ ਮਹਿਕ ਆਉਂਦੀ ਸੀ ਉਹਦੇ ਅੰਦਰੋਂ। ਉਹ ਮੈਂ ਉਹਦੇ ਨਾਲ ਬੈਠੇ, ਜਿਵੇਂ ਤੁਸੀਂ ਬੈਠੋ, ਮੇਰੇ ਕੋਲ ਕਾਫੀ ਦੇਰ ਬੈਠੇ ਆ, ਉਹ ਮੇਰੇ ਕੋਲ ਫੋਟੋ ਪਈਆਂ, ਤੁਹਾਨੂੰ ਭੇਜ ਵੀ ਦਿੰਦਾ ਵਾਂ, ਅਤੇ ਉਹ ਵਧੀਆ ਬੰਦਾ ਸੀ, ਉਹਨੇ ਮੇਰੀ ਤਾਰੀਫ ਕੀਤੀ। ਰੀਨਾ ਰਾਏ ਦਾ ਸਭ ਤੋਂ ਕਲੋਜ਼ ਸੀਗਾ, ਰੀਨਾ ਰਾਏ ਕੋਲ ਜ਼ਰੂਰ ਇਸ ਗੱਲ ਦਾ ਉਹ ਮੇਰੇ ਬਾਰੇ ਜ਼ਰੂਰ ਕਹਿੰਦਾ ਹੋਣਾ ਕਿ ਉਹ ਗੈਟਅਪ ਬਹੁਤ ਪਸੰਦ, ਉਹਨੇ ਮੈਨੂੰ ਮਾੜੇ ਨਹੀਂ ਕੁਛ ਕਿਹਾ ਉਹਨੇ। ਮੇਰੀ ਸਿਰਫ ਉਹਦੇ ਨਾਲ ਨਾਰਾਜ਼ਗੀ ਹੋਈ ਸੀਗੀ ਜਦੋਂ ਉਹ ਕੁਛ ਏਜੰਸੀਆਂ ਦੇ ਬੰਦਿਆਂ ਦੇ ਪਿੱਛੇ ਲੱਗ ਕੇ ਉਹਨੇ ਝੰਡਾ ਚੜਾ ਦਿਆ ਸੀਗਾ, ਉਹਦੇ ਵਿੱਚ ਉਹਦਾ ਵੀ ਦਿਮਾਗ ਕਨਵਰਟ ਕਰ ਦਿੱਤਾ ਗਿਆ ਸੀਗਾ, ਉਹਨੂੰ ਖੁਦ ਵੀ ਨਹੀਂ ਪਤਾ ਲੱਗਿਆ ਸੀਗਾ। ਕਿਉਂਕਿ ਇਹ ਜੇ ਅਗਰ ਇਹਨੂੰ ਪਰਤ ਖੋਲਾਂਗੇ ਨਾ, ਤਾਂ ਇਹਦੇ ਵਿੱਚ ਜੜ ਪਤਾ ਕਿਆ ਨਿਕਲੇਗੀ? ਬੋਬੀ ਦਿਓਲ, ਸੰਨੀ ਦਿਓਲ, ਧਰਮਿੰਦਰ, ਇਹ ਪਰਿਵਾਰ ਨਿਕਲੇਗਾ ਜਿਹਨੇ ਉਹਨਾਂ ਨੂੰ ਬਿਗ ਬੋਸ ਨਾਲ ਮਿਲਾਇਆ, ਅੱਗੇ ਇਲੂਮੀਨਾਟੀ ਨਾਲ ਮਿਲਾਇਆ, ਏਜੰਸੀਆਂ ਨਾਲ ਮਿਲਾਇਆ। ਹੁਣ ਇਹ ਗੱਲ ਉਹ
ਇਹ ਕਿਤੇ ਜਿੱਦਣ ਮੇਰੇ ਹੁਣ ਮੈਂ ਜੇ ਇਹਨੂੰ ਖੋਲਾਂਗਾ ਤਾਂ ਮੈਨੂੰ ਮਾਰ ਦੇਣਗੇ, ਇਹੀ ਹੋਊਗਾ, ਬਟ ਇਹ ਸੱਚਾਈ ਹੈ, ਇਹ ਟਲ ਨਹੀਂ ਸਕਦੀ। ਚਲੋ ਅੰਤ ਦੇ ਵਿੱਚ ਮੈਂ ਆਹੀ ਪੁੱਛਣਾ ਚਾਹੁੰਦਾ ਹੈ ਕਿ ਇੱਕ ਵਾਰੀ ਸੰਗਤਾਂ ਨੂੰ ਵੀ ਆਪਣੇ ਮਨਸੂਬੇ ਦੱਸ ਦਿਓ, ਸ਼੍ਰੋਮਣੀ ਆਜ਼ਾਦ ਅਕਾਲੀ ਦਲ ਕੀ ਹੈ, ਇੱਕ ਵਾਰੀ ਬਰੀਫ ਡਿਸਕ੍ਰਿਪਸ਼ਨ ਜਿਹੜੀ ਆ ਉਹ ਦੇ ਦਿਓ। ਦੇਖੋ ਜੋ ਸ਼੍ਰੋਮਣੀ ਅਕਾਲੀ ਦਲ ਹੈ ਇਹ ਉਹੀ ਅਕਾਲੀ ਦਲ ਹੈ ਜੋ ਬਾਦਲ ਜਿਹਦੇ ਵਿੱਚ ਸੇਵਾ ਕਰ ਰਹੇ ਨੇ, ਬਾਦਲ ਜਿਹਦੇ ਵਿੱਚ ਕੰਮ ਕਰ ਰਹੇ ਨੇ। ਆਪਾਂ ਨੇ ਬਾਦਲਾਂ ਨੂੰ ਇਸ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕਰਨਾ ਹੈ ਜੀ। ਉਹ ਸੰਗਤ ਕਰੇਗੀ, ਮੈਂ ਨਹੀਂ ਕਰ ਸਕਦਾ। ਅਸੀਂ ਤਾਂ ਵੋਲਟ ਪੇਪਰ 'ਤੇ ਵੋਟ ਕਰਵਾਉਣੀ ਹੈ ਜੀ, ਔਨਲਾਈਨ ਵੋਟਾਂ ਕਰਾ ਦੇ ਰਹੀਆਂ ਨੇ। ਜਿੱਦਾਂ ਖਾਲਿਸਤਾਨ ਦੀ ਵੋਟ ਹੋਈ ਸੀ ਕਿ ਔਨਲਾਈਨ, ਉੱਦਾਂ ਆਪਾਂ ਇਹ ਵੋਟ ਕਰਨੀ ਹੈ ਕਿ ਕਿਆ ਸੰਗਤ ਚਾਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇਹ ਸੁਖਬੀਰ ਬਾਦਲ ਰਹੇ ਜਾਂ ਨਹੀਂ ਚਾਹੁੰਦੀ, ਇਹ ਵੋਟਿੰਗ ਆਪਾਂ ਕਰਵਾਉਣੀ ਹੈ ਜੀ। ਹਾਂਜੀ, ਤਾਂ ਬਿਲਕੁਲ ਇਹ ਸਾਰਾ ਮਨਸੂਬੇ, ਇਹ ਸਾਰੇ ਸਭ ਮਨਸੂਬੇ ਉਹ ਨੇ ਜਿਹੜੇ ਸ਼੍ਰੋਮਣੀ ਆਜ਼ਾਦ ਅਕਾਲੀ ਦਲ ਚੁੱਕਣਾ ਚਾਹੁੰਦੀ ਹੈ। ਔਰ ਬਾਦਲ ਪਰਿਵਾਰ ਨੂੰ ਕਹਿੰਦੇ ਕਿ ਇੱਕ ਵਾਰੀ ਤਾਂ ਖੁੰਝੇ ਲਾ ਕੇ ਹਟਾਂਗੇ। ਜੋ ਵੀ ਹੋਏਗਾ ਇਸ ਪੂਰੇ ਮਾਮਲੇ ਨੂੰ ਲੈ ਕੇ, ਇਸ ਪੂਰੇ ਐਪੀਸੋਡ ਨੂੰ ਲੈ ਕੇ ਦੇਖਦੇ ਰਹਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।